ਸਤਿ ਸ਼੍ਰੀ ਅਕਾਲ ਦਰਸ਼ਕੋ, ਅਸੀਂ ਇਸ ਵਕਤ ਮੌਜੂਦ ਹਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਗੇਟ ਦੇ ਬਾਹਰ ਅਤੇ ਦੱਸ ਦਈਏ ਕਿ ਇੱਥੇ ਅਕਸਰ ਜੋ ਇਹ ਰਸਤਾ ਜੋ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ, ਪਰ ਇੱਥੇ ਜੋ ਪੰਜਾਬ ਪੁਲਿਸ ਨੂੰ ਜੋ ਮੁਹੱਈਆ ਕਰਾਇਆ ਗਿਆ, ਜੋ ਉਹਨਾਂ ਵਾਸਤੇ ਇੱਕ ਬੂਥ ਕਹਿ ਲਈਏ ਜਾਂ ਇੱਕ ਟੈਂਟ ਦੇ ਰੂਪ ਦੇ ਵਿੱਚ ਜੋ ਉਹਨਾਂ ਨੂੰ ਬਹਿਣ ਦੀ ਸੀਟ ਬਹਿਣ ਦੀ ਜੋ ਉਹ ਗੱਲ ਕਰ ਲਈਏ, ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਜੋ ਇੱਕ ਕਿਉਂਕਿ ਪੁਲਿਸ ਦੇ ਬਹਿਣ ਦੀ ਜਗ੍ਹਾ ਦੇ ਉੱਤੇ ਜੋ ਇੱਕ ਸਿਵਿਲੀਅਨ ਆਪਾਂ ਕਹਿ ਸਕਦੇ ਹਾਂ ਅਰੈਸਟ ਕਰਦਾ ਹੋਇਆ ਦਿਖਾਈ ਦੇ ਰਿਹਾ, ਅਤੇ ਇਹ ਤਸਵੀਰਾਂ ਤੁਹਾਡੇ ਨਾਲ ਐਸ ਓ ਐਲ ਦੀਆਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਇਹ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਾਸਤੇ ਜੋ ਇਹ ਜਗ੍ਹਾ ਬਣਾਈ ਗਈ ਆ, ਨਾਕਾ ਨੰਬਰ 9, ਅਤੇ ਇਹ ਨਾਕਾ ਲੱਗਾ ਹੋਇਆ, ਇਹ ਇਸ ਵੇਲੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਕਹਿੰਦੇ ਅਕਸਰ ਸੇਵਾ ਕਰਦੀ ਦਿਖਾਈ ਦਿੰਦੀ ਆ, ਪਰ ਇਹ ਸੇਵਾ ਵਾਕਿਆ ਸੇਵਾ ਹੋ ਰਹੀ ਆ, ਅਤੇ ਇਹ ਸੇਵਾ ਤੁਸੀਂ ਵੇਖ ਸਕਦੇ ਹੋ ਕਿ ਇਹ ਮੂੰਹ ਬੋਲਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ, ਅਤੇ ਅਧਿਕਾਰੀ ਜੋ ਨੇ ਡਿਊਟੀ ਕਰਦੇ ਹੋਏ ਦਿਖਾਈ ਦੇ ਰਹੇ ਨੇ, ਪਰ ਉਹਨਾਂ ਦੀ ਜਿਹੜੀ ਜਗ੍ਹਾ ਆ ਉਹ ਸਿਵਿਲੀਅਨ ਵਰਤਦੇ ਹੋਏ ਦਿਖਾਈ ਦੇ ਰਹੇ ਨੇ। ਪੰਜਾਬ ਪੁਲਿਸ ਅਕਸਰ ਕਹਿ ਸਕਦੇ ਹਾਂ ਕਿ ਇਹ ਕੰਮਾਂ ਦੇ ਵਿੱਚ ਵੀ ਮਾਹਿਰ ਆ, ਅਤੇ ਨਾਲ ਦੀ ਨਾਲ ਜੇ ਦੱਸ ਦਈਏ ਕਾਰਪੋਰੇਸ਼ਨ ਦੇ ਦਾਅਵੇ ਵਾਅਦਿਆਂ ਦੀ ਗੱਲ ਕਰ ਲਈਏ ਤਾਂ ਸੜਕ ਬਣਨ ਤੋਂ ਬਾਅਦ ਜੋ ਉਸਦੇ ਉੱਤੇ ਟੋਏ ਜੋ ਪਾਏ ਗਏ ਨੇ, ਅਤੇ ਇਹ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਕਿ ਕਿੰਨੇ ਜੋ ਮਾੜੇ ਹਾਲਾਤ ਨੇ, ਕਿਉਂਕਿ ਇਸੇ ਚੌਂਕ ਤੋਂ ਜੋ ਸ਼ਰਧਾਲੂ ਨੇ ਉਹ ਅਕਸਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਨੇ। ਇਹ ਮੇਨ ਚੌਂਕ ਆਪਾਂ ਕਹਿ ਸਕਦੇ ਹਾਂ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਜੋ ਹੈ ਉਹ ਇਹ ਹੈਗਾ, ਪਰ ਉਸ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਕਿ ਅਧਿਕਾਰੀਆਂ ਦੀ, ਤਾਂ ਅਧਿਕਾਰੀਆਂ ਵੱਲੋਂ ਕਿਵੇਂ ਜਿੱਥੇ ਕੰਮ ਕੀਤਾ ਜਾਂਦਾ, ਜਾਂ ਸਿਵਲ ਪ੍ਰਸ਼ਾਸਨ ਦੀ ਗੱਲ ਕਰ ਲਈਏ, ਕਾਰਪੋਰੇਸ਼ਨ ਦੀ ਗੱਲ ਕਰ ਲਈਏ, ਤਾਂ ਕਾਰਪੋਰੇਸ਼ਨ ਵੱਲੋਂ ਕੀ ਹਾਲਾਤ ਜੋ ਇੱਥੋਂ ਦੇ ਬਣਾਏ ਗਏ ਨੇ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅਧਿਕਾਰੀ ਜ਼ਰੂਰ ਇੱਥੇ ਕੰਮ ਕਰਦੇ ਹੋਏ ਦਿਖਾਈ ਦਿੰਦੇ ਨੇ, ਪਰ ਟ੍ਰੈਫਿਕ ਦੇ ਵੀ ਜੋ ਮਾੜੇ ਹਾਲ ਹੈਗੇ ਨੇ, ਅਤੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਇਸ ਵਿਸ਼ੇ ਦੇ ਵਿੱਚ ਕੀ ਕਹਿਣਾ ਹੈ, ਕਿਉਂਕਿ ਅਕਸਰ ਚਲਾਣ ਦੀ ਗੱਲ ਕਰ ਲਈ ਤਾਂ ਚਲਾਣ ਕਾਫੀ ਹੁੰਦੇ ਨੇ, ਕਾਫੀ ਵੱਡੀਆਂ ਗੱਲਾਂ ਹੁੰਦੀਆਂ ਨੇ, ਪਰ ਗੱਲ ਕਰਦੇ ਹਾਂ ਜੋ ਅਧਿਕਾਰੀ ਸਾਡੇ ਨਾਲ ਇੱਥੇ ਮੌਜੂਦ ਨੇ। ਜੀ ਸਰ, ਜੇਕਰ ਗੱਲ ਕਰ ਲਈਏ ਤੁਹਾਡੀ ਇੱਥੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੀ ਡਿਊਟੀ ਆ? 8 ਤੋਂ 8। ਅਤੇ ਸਰ 8 ਤੋਂ 8 ਡਿਊਟੀ ਹੈਗੀ ਆ, ਅਤੇ ਇਸ ਚੌਂਕ ਦੇ ਵਿੱਚ ਅਕਸਰ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦਾ ਆਪਾਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਜੋ ਇਕੱਠ ਰਹਿੰਦਾ, ਪਰ ਜਿੱਥੇ ਈ ਰਿਕਸ਼ਾਜ਼ ਕਾਫੀ ਜੋ ਦਿੱਕਤ ਵੀ ਆਉਂਦੀ ਹੋਗੀ, ਕੀ ਦਿੱਕਤਾਂ ਇੱਥੇ ਵੇਖਣ ਨੂੰ ਮਿਲਦੀਆਂ ਚੌਂਕ 'ਚ? ਟ੍ਰੈਫਿਕ ਨਹੀਂ ਜਾਮ ਹੋਣ ਦੇਣੀ, ਅਤੇ ਇਸ ਦੇ ਨਾਲ ਨਾਲ ਜੇਕਰ ਗੱਲ ਕਰ ਲਈਏ ਕਿ ਠੀਕ ਹੈ DCP ਸਾਹਿਬ, ਜਾਂ ਗੱਲ ਕਰ ਲਈਏ ਕਿ ਕਮਿਸ਼ਨਰ ਸਾਹਿਬ ਵੱਲੋਂ ਤੁਹਾਨੂੰ ਇੱਕ ਜਗ੍ਹਾ ਵੀ ਮੁਹੱਈਆ ਕਰਾ ਕੇ ਦਿੱਤੀ ਗਈ ਹੈ, ਜਿਹੜੇ ਟੈਂਟ ਨਾਕਾ ਨੰਬਰ 9 ਜਿਹੜਾ ਤੁਹਾਡਾ ਨਾਕਾ ਹੈ, ਅਤੇ ਉਸਦੇ ਉੱਤੇ ਜਿਹੜੇ ਲੋਕ ਸੁੱਤੇ ਦਿਖਾਈ ਦੇ ਰਹੇ ਨੇ, ਕਿ ਇਹਨਾਂ ਨੂੰ ਅਲਾਊਡ ਹੈਗਾ ਜਾਂ ਇੱਦਾਂ ਨਹੀਂ ਅਲਾਊਡ ਹੈਗਾ? ਅਤੇ ਫਿਰ ਉਹ ਮਤਲਬ ਉੱਥੇ ਵੀ ਕੌਣ ਇਸਦੇ ਨਾਲ ਕੋਈ ਐਕਸੀਡੈਂਟ ਹੋਣ ਦਾ ਵੀ ਡਰ ਹੈਗਾ? ਬਿਲਕੁਲ ਜੀ, ਕਈ ਜਿਹੜੇ ਓਬੜ ਬੰਦੇ ਆਉਂਦੇ ਆ ਉਹ ਵਿੱਚ ਮਾਰਦੇ, ਇਸੇ ਕਰਕੇ ਅਸੀਂ ਆ ਬੋਰਡ ਲਾਇਆ ਜੀ, ਇਹਨਾਂ ਨੂੰ ਚਾਹੀਦਾ ਜਲਦੀ ਤੋਂ ਜਲਦੀ ਬਣਾਉਣਾ। ਜੀ ਜੀ ਬਿਲਕੁਲ, ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਦੂਸਰੇ ਅਧਿਕਾਰੀ ਵੱਲੋਂ ਜ਼ਰੂਰ ਜਾ ਕੇ ਉਸ ਬੰਦੇ ਨੂੰ ਉਠਾਇਆ ਜਾ ਰਿਹਾ, ਅਤੇ ਕਹਿ ਸਕਦੇ ਹਾਂ ਜਾਂ ਤਾਂ ਨਸ਼ੇ ਦੇ ਕਰਕੇ ਜੋ ਅਧਿਕਾਰੀ ਹੈ ਇੱਥੇ ਜੋ ਵਿਅਕਤੀ ਜੋ ਲੇਟਿਆ ਹੋਇਆ, ਅਤੇ ਉਹ ਦੇਖ ਸਕਦੇ ਹੋ ਤੁਸੀਂ ਕਿ ਉਸ ਤੋਂ ਉੱਠਣ ਦਾ ਵੀ ਜੋ ਹੌਸਲਾ ਨਹੀਂ ਪੈ ਰਿਹਾ, ਕਿ ਕਿਵੇਂ ਜੋ ਨਸ਼ੇ ਨੂੰ ਲੈ ਕੇ ਜੋ ਮਾੜੇ ਹਾਲ ਜੋ ਇੱਥੋਂ ਦੇ ਬਣ ਚੁੱਕੇ ਨੇ, ਅਤੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਨਸ਼ੇ ਨੂੰ ਲੈ ਕੇ ਅਕਸਰ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਇਹ ਹਾਲ ਤੁਸੀਂ ਵੇਖ ਸਕਦੇ ਹੋ ਕਿ ਖੜ੍ਹਨ ਦਾ ਵੀ ਦਮ ਜੋ ਇਸ ਵਿਅਕਤੀ ਵੱਲੋਂ ਨਹੀਂ ਹੈਗਾ, ਅਤੇ ਅਧਿਕਾਰੀ ਜ਼ਰੂਰ ਕਹਿੰਦੇ ਦਿਖਾਈ ਦੇ ਰਹੇ ਨੇ, ਪਰ ਹਾਲ ਤੁਸੀਂ ਵੇਖ ਸਕਦੇ ਹੋ ਨਾਲ ਦੀ ਨਾਲ ਕਿ ਚੌਂਕ ਦੇ ਵਿੱਚ ਕੀ ਹਾਲ ਇਸ ਵੇਲੇ ਬਣੇ ਹੋਏ ਨੇ, ਕਿ ਇਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਆ, ਅਤੇ ਇਸ ਰਸਤੇ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਜਾਮ ਕਿਤੇ ਨਾ ਕਿਤੇ ਸੰਗਤਾਂ ਨੂੰ ਕਾਫੀ ਜੋ ਤੰਗ ਪਰੇਸ਼ਾਨ ਕਰਦਾ ਆ, ਅਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਹਾਲ ਨੇ ਅੰਮ੍ਰਿਤਸਰ ਸ਼ਹਿਰ ਦੇ, ਗੁਰੂ ਨਗਰੀ ਦੇ, ਕਿ ਜਿੱਥੇ ਨਸ਼ੇ ਨੂੰ ਲੈ ਕੇ ਕਿ ਇਸ ਵਿਅਕਤੀ ਵੱਲੋਂ ਉੱਠ ਕੇ ਜੇ ਆਪਾਂ ਗੱਲ ਕਰ ਲਈਏ ਕਿ ਆਪਣੀ ਚੱਪਲ ਤੱਕ ਨਹੀਂ ਇਸ ਦੇ ਕੋਲੋਂ ਪਾਈ ਜਾ ਰਹੀ, ਇੰਨੇ ਮਾੜੇ ਹਾਲ, ਕਿਉਂਕਿ ਖਾਸ ਤੌਰ 'ਤੇ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਗੇ 60 ਦਾ ਘਰ ਕਿਹਾ ਜਾਂਦਾ ਸੀ, ਤਾਂ ਹੁਣ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਨਸ਼ਿਆਂ ਦਾ ਘਰ ਵੀ ਕਹਿ ਸਕਦੇ ਹਾਂ, ਕਿਉਂਕਿ ਕਹਿਣ 'ਚ ਗਰੇਜ਼ ਵੀ ਨਹੀਂ ਕਹਿਣਾ ਚਾਹੀਦਾ, ਕਰਨਾ ਚਾਹੀਦਾ, ਕਿਉਂਕਿ ਜਿੰਨਾ ਨਸ਼ਾ ਇੱਥੇ ਵੱਧ ਚੁੱਕਾ, ਅਤੇ ਇਹ ਤੁਸੀਂ ਵੇਖ ਸਕਦੇ ਹੋ। ਅਤੇ ਦੂਸਰੀ ਤਰਫਾ ਤੁਹਾਨੂੰ ਆਪਾਂ ਨਾਲ ਦੀ ਨਾਲ
चौंक के हालात भी दस दिए कि सिर्फ एक इस टोए के करके इस कारपोरेशन की फेलीअर करके जो इन्ना जाम लगन का क्योंकि अधिकारियों वालों जरूर इतने काम भी किया जा रहा ट्रैफिक छड़ी भी जा रही है इतों की प्रोपर तरीके काम किया जाए पर जो ये जो टोया है जो कारपोरेशन की देन आ अमृतसर कारपोरेशन की देन आ तो उसनों लैके जो इन्ना वड्डे पद्धर उत्ते जो जाम लगन का कारण यही है क्योंकि खास तौर उत्ते प्रशासन का जां तां ध्यान नहीं जा रहा जां अधिकारी काम नहीं करना चाहते कि उन्होंने पता नहीं कि ये गुरु घर नूं जाण वाले रस्ते दे विच इहो जिहे टोए जिहड़े पए होए ने कि उन्होंने सही तरीके नाल सड़क बना दी जाए पर उन्हां वल्लों कोई भी चीज़ का ध्यान नहीं दिता जा रहा। तो ये तस्वीरां तुहाडे नाल इस वेले दीआं सांझीआं कर रहे हैं जी। बिल्कुल अंकुश चोपड़ा ही जो नाल मौजूद ने तुसीं देख सकते हो कि गड्डी जो है टोए दे विच फस चुकी है तो गड्डी चालक वालों तशद्दुद की जा रही कि गड्डी नूं टोए चों कढ लिता जाए पर यह हालात तुसीं वेख सकते हो कि यह साडी अमृतसर की कारपोरेशन है जिसके माड़े हालात करके इत्थे जाम लगदा हुआ दिखाई दे रहे हैं। तो यह तुसीं वेख सकते हो कि किवें जो गड्डी भी जो एक कारपोरेशन की फेलीअर करके जो उसके फसती हुई दिखाई दे रही है पर प्रशासन सिविल प्रशासन की काम कर रहे हैं यह चीज़ का कोई नहीं उन्होंने सार लैन वाला है। पर यह तुसीं वेख सकते हो किन्ने जो माड़े हाल इतों के प्रशासन के है ने तस्वीर तुहाडे इस वेले दीआं सांझीआं कर रहे हैं तुसीं वेख सकते हो कि बिल्कुल थल्लों की गड्डी नाल टच हो चुकी है। कित्थे आ अमृतसर की कारपोरेशन कित्थे कारपोरेशन के कमिश्नर साहब घट्टो घट ये चीज़ के उत्ते तो ख्याल किया जा सकता पर उन्होंने वालों ये चीज़ के उत्ते भी ध्यान नहीं दिता जाता। तो यह तुसीं वेख सकते हो कि गड्डी प्रोपर तरीके नाल छला के जो इस व्यक्ति वालों लैके जाई जा रही है पंजाब पुलिस जरूर काम करती हुई भी कितना कितने दिखाई देती है पर जो फेलीअर है सरकार का प्रशासन का जो कारपोरेशन का तो वह चीज़ भी तुहाडे नाल तस्वीर एक इस वेले की तो तुसीं वेख सकते हो कि काफ़ी जो जाम है वह भी लगा हुआ तो यह चीज़ को लैके भी जो संगतां ने काफ़ी जो तंग परेशान होंदियां हुई दिखाई दे रही ने क्योंकि ये जो रस्ता तुसीं वेख रहे हो तो इस रस्ते दे विच जरूर सचखंड श्री हरिमंदर साहब नूं जाण वाला रस्ता हैगा तो इस रस्ते उत्ते अक्सर शनि इतवार नूं वड्डे जाम देखण नूं मिलदे ने पर प्रशासन दे जो अधिकारी ने उन्हां वल्लों जरूर ये चीज़ नूं लैके जो क्योंकि कितने आप कह सकते हैं कि अधिकारियों का ध्यान नहीं सीगा पहला तो इत्थे जे पहुंचे तो उत्थे जरूर अगर ध्यान हैगा आ तो हुण दीआं तस्वीरां तुहाडे नाल जरूर साझिया कर रहे हैं। तो तुसीं वेख सकते हो कि आह तस्वीर तुहाडे नाल इस वेले साझी कर रहे पर बने रहो जगबाणी टीवी से वेखते रहो अमृतसर केसरी पे तुहाडे नाल कल्ली कल्ली अपडेट जो है साझी करते रहेंगे बने रहो।